ਕੋਈ ਖਾਸ ਐਮ ਨਹੀਂ ਜ਼ਿੰਦਗੀ ਦਾ ਮੈਂ ਟਾਰਗੇਟ ਹਾਂ ਆਬਾਦੀ ਦਾ ਅੱਜ ਮਰਦਾ ਤਾਂ ਮੈਂ ਕੱਲ ਮਰ ਜਾ ਮੈਨੂੰ ਖੌਫ ਨਹੀਂ ਬਰਬਾਦੀ ਦਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ 뮤ਜ਼ਿਕ ਇੰਡਸਟਰੀ ਤੋਂ ਹੀ ਸਿੱਧੂ ਮੂਸੇਵਾਲਾ ਕਰਨ ਔਜਲਾ ਦਲਜੀਤ ਉਤਸਾਹ ਆਰਨੇਤ ਬਾਦਸ਼ਾ ਤੇ ਦੋਸਤੋ ਇੱਕ ਦੋ ਹੋਰ ਨਾ 17 ਦਾ ਅਪਾਵਾਰੂ ਵਾਰੀ ਜ਼ਿਕਰ ਕਰਾਂਗੇ ਤੇ ਸ਼ੁਰੂਆਤ ਸਿੱਧੂ ਤੋਂ ਹੀ ਕਰਨਾ ਚਾਹਾਂਗੇ ਦੋ ਤਿੰਨ ਬੜੀਆਂ ਹੀ ਅਹਿਮ ਅਪਡੇਟਸ ਨੇ ਭਰਾਵਾਰੇ ਪਹਿਲੀ ਗੱਲ ਤਾਂ ਦੋਸਤੋ ਇਹੀ ਹੈ ਜਿਸ ਦਾ ਕਿ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਕਿ ਐਲਬਮ ਦਾ ਡੂਲੈਕਸ ਵਰਸ ਜਿਸ ਵਿੱਚ ਕਿ ਇੱਕ ਅਦਾ ਗਾਣਾ ਵੀ ਐਡ ਹੋ ਸਕਦਾ ਹੈ ਜਾਂ ਕੁਝ ਕਿ ਦੀ ਪੂਰੀ ਐਲਬਮ ਵਿੱਚ ਮਿਊਜ਼ਿਕ ਨੂੰ ਲੈ ਕੇ ਤੇ ਹੋਰ ਵੀ ਕਈ ਗੱਲਾਂ ਉਸ ਬਾਰੇ ਸਿੱਧੂ ਮੂਸੇਵਾਲਾ ਦੀ ਅਫੀਸ਼ੀਅਲ ਟੀਮ ਨੇ ਬੇਸ਼ੱਕ ਦੋਸਤੋ ਸਟੋਰੀ ਜਾਂ ਪੋਸਟ ਜਾਂ ਸਿੱਧੂ ਨੇ ਖੁਦ ਨਹੀਂ ਸ਼ੇਅਰ ਕੀਤੀ ਪਰ ਉਹਨਾਂ ਨਾਲ ਹੀ ਜੁੜੇ ਕੁਝ ਲੋਕ ਤੇ ਸਿੱਧੂ ਦੇ ਕਰੀਬੀ ਦੋਸਤ ਮਿੱਤਰ ਇਹ ਕਹਿ ਰਹੇ ਹਨ ਕਿ ਬਸ ਇਸੇ ਮਹੀਨੇ ਹੀ ਜਾਂ ਅਗਲੇ ਹਫਤੇ ਉਹ ਡੁਲੈਕਸ ਵਰਸ ਸਿੱਧੂ ਦੀ ਐਲਬਮ ਦਾ ਰਿਲੀਜ਼ ਹੋਣ ਵਾਲਾ ਹੈ ਚਰਚਾ ਦੋਸਤੋ ਕਾਫੀ ਜ਼ਿਆਦਾ ਹੈ ਤੇ ਦੇਖਦੇ ਆ ਪੰਜਾਬੀ 뮤직 ਇੰਡਸਟਰੀ ਵਿੱਚ ਡੁਲੈਕਸ ਦਾ ਸਿੱਧੂ ਹੀ ਲੈ ਕੇ ਆਇਆ ਹੈ ਬਾਲੀਵੁੱਡ ਹਾਲੀਵੁੱਡ ਹੋਜੀ ਦੋਸਤੋ ਇਹ ਗੱਲਾਂ ਆਮ ਸੰਨ ਤੇ ਦੋਸਤੋ ਦੂਸਰੀ 45 ਤੇ 100 ਮਿਲੀਅਨ ਦਾ ਟਾਰਗੇਟ ਹੈ ਸ਼ਾਇਦ ਇਹ ਵੀ ਹੋ ਸਕਦਾ ਹੈ ਜੋ ਸਿੱਧੂ ਦੇ ਫੈਨਾਂ ਵੱਲੋਂ ਟਾਰਗੇਟ ਰੱਖਿਆ ਗਿਆ ਹੈ 100 ਮਿਲੀਅਨ ਉਸ ਤੋਂ ਬਾਅਦ ਹੀ ਡਿਲੈਕਸ ਵਰਸ ਰਿਲੀਜ਼ ਹੋਵੇ ਤੇ ਦੋਸਤੋ ਇਸ ਦਾ ਆਪਾਂ ਹੋਰ ਵੀ ਜ਼ਿਕਰ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਦਿਲਜੀਤ ਦਸਾਂਜ ਉਸ ਦੀਆਂ ਸਟੂਰੀਆਂ ਕੁਝ ਇੱਕ ਫਨੀ ਵੀ ਨੇ ਤੇ ਕੁਝ ਇੱਕ ਆਪ ਉਹ ਖੁਦ ਅੱਗੇ ਵੀ ਆ ਰਿਹਾ ਹੈ ਆ ਦੇ ਲੱਗ ਕੇ ਤੇ ਚੜਿਆ ਫਿਰਦਾ ਫੇਲੇotra ਤੇ 60 ਰੁਪਏ ਦੀ ਹਾ ਦੇ ਇਹ ਨਾ ਉਹ ਕੌਟਪੈਨ ਵਾਲੀ ਹੋਈ ਪਰ ਉਸਦੀ ਦੋਸਤੋ ਐਲਬਮ ਦੀ ਕਾਫੀ ਜ਼ਿਆਦਾ ਚਰਚਾ ਹੈ 19 20 21 22 ਇਹ ਚਾਰ ਡੇਟਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਦੋਸਤੋ ਪੂਰੀ ਤਰ੍ਹਾਂ ਮਾਹੌਲ ਬਦਲਣ ਵਾਲੀਆਂ ਨੇ ਬਾਕੀ ਦੋਸਤੋ ਜੋ ਸਟੂਡੀਓ ਸ਼ੇਅਰ ਕਰ ਰਿਹਾ ਹੈ ਸਿਆਣੀਆਂ ਗੱਲਾਂ ਕਰ ਰਿਹਾ ਹੈ ਜਾਂ ਕੁਝ ਕੁ ਲੋਕਾਂ ਨੂੰ ਮੋਟੀਵੇਟ ਕਰ ਰਿਹਾ ਹੈ ਇਹ ਗੱਲਾਂ ਅਲੱਗ ਤੋਂ ਐਲਬਮ ਵੀ ਦੋਸਤੋ ਇਦਾਂ ਹੀ ਹੈ ਇੱਕ ਗਾਣੇ ਦੀਆਂ ਕੁਝ ਲੈਣਾ ਵੀ ਚਲੋ ਇਸ ਨੇ ਗਾ ਕੇ ਸੁਣਾ ਦਿੱਤੀਆਂ ਪਰ ਗੱਲ ਇਹ ਹੈ ਕਿ ਇਹ ਐਲਬਮ ਵੀ ਗੁੱਡ ਐਲਬਮ ਜਿੰਨੀ ਤੱਕ ਪਾਵੇਗੀ ਬਿਲਬੋਰਡ ਚਾਰਟ ਤੇ ਟ੍ਰੈਂਡ ਕਰੇਗੀ ਫੈਨਾਂ ਦੇ ਮਨਾਂ ਵਿੱਚ ਵਸ ਇੱਕ ਤਰ੍ਹਾਂ ਨਾਲ ਕਹਿ ਲਓ ਐਕਸਪੈਰੀਮੈਂਟ کہہ ਰਿਹਾ ਸੀ ਦਲਜੀਤ ਪ੍ਰਾਸ ਐਲਬਮ ਬਾਰੇ ਕਿ ਜੋ ਵੀ ਮੇਰੇ ਨਾਲ ਕੁਝ ਹੋਇਆ ਉਸ ਨੂੰ ਮੈਂ ਇਸ ਐਲਬਮ ਵਿੱਚ ਪ੍ਰੋ ਦਿੰਦਾ ਹੈ ਜਿਸ ਕਰਕੇ ਦੋਸਤੋ ਥੋੜੀ ਜਿਹੀ ਅਸ਼ੰਕਾ ਵੀ ਦਿਤਾਈ ਜਾ ਰਹੀ ਹੈ ਹਾਂ ਇਹ ਵੀ ਗੱਲ ਦੋਸਤੋ ਹੁਣ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਤੋਂ ਭਰਾ ਨੇ ਪਾਸਾ ਵਟ ਲਿਆ ਹੈ ਚਲੋ ਜੋ ਵੀ ਦੋਸਤੋ ਉਸ ਨੇ ਨਾ ਕਿਸਾਨ ਅੰਦਲਨ ਬਾਰੇ ਕਿਹਾ ਜਾਂ ਉਹਨਾਂ ਦੀ ਸਪੋਰਟ ਨਹੀਂ ਕੀਤੀ ਕੁਝ ਕੁ ਲੋਕ ਤਾਂ ਚੁੱਪ ਰਹਿ ਗਏ ਜਿਵੇਂ ਕਿ ਅਕਸ਼ੇ ਕੁਮਾਰ ਹੁਣੀ ਇਹਨਾਂ ਨੇ ਤਾਂ ਉਲਟ ਹੀ ਬਿਆਨ ਦਿੱਤੇ ਨੇ ਸੋ ਦੋਸਤੋ ਲੰਬੀ ਚੌੜੀ ਉਹਨਾਂ ਬਾਰੇ ਗੱਲ ਹੋ ਜਾਣੀ ਹੈ ਪਰ ਸਾਫ਼ ਗੱਲ ਇੱਥੇ ਇਹ ਸਾਹ ਉਹ ਪਾਸਾ ਵਟ ਰਿਹਾ ਹੈ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਸਪੋਰਟ ਨਹੀਂ ਕੀਤੀ ਜਿਨ੍ਹਾਂ ਦਾ ਕੀ ਮੂਲ ਵੀ ਪੰਜਾਬੀ ਤੁਸੀਂ ਜਾਂ ਉਹ ਲੋਕ ਜਿਨ੍ਹਾਂ ਨੇ ਪੰਜਾਬ ਵਿਰੋਧੀ ਬਿਆਨ ਦਿੱਤੇ ਸਨ ਸੋ ਦੋਸਤੋ ਤੁਸੀਂ ਇਹਨਾਂ ਗੱਲਾਂ ਨੂੰ ਕਿੱਦਾਂ ਦੇਖਦੇ ਹੋ ਤੁਹਾਡੇ ਕੀ ਵਿਚਾਰ ਨੇ ਐਲਬਮ ਰਾਹੀਂ ਤਮਾਕਾ ਦਾ ਚਲੂਤਾ ਹੀ ਹੈ ਤੇ ਕਲੱਬ ਵਾਲਾ ਸਿਲਸਲਾ ਅੱਗੇ ਵਿਵਾਦ ਸਕਦਾ ਹੈ ਤੇ ਦੋਸਤੋ ਇੱਥੇ ਹੁਣ ਅਸੀਂ ਤੁਣਕਾ ਤੁਣਕਾ ਫਿਲਮ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਲਗਭਗ ਦੋਸਤੋ 10 ਦਿਨ ਹੋ ਚੁੱਕੇ ਹਨ ਉਸ ਫਿਲਮ ਨੂੰ ਰਿਲੀਜ਼ ਹੋਇਆ ਤੇ ਹਲੇ ਵੀ ਸ਼ੋ ਫੁੱਲ ਦੇ ਫੁੱਲ ਹੀ ਚੱਲ ਰਹੇ ਹਨ ਤੇ ਦੋਸਤੋ ਦੂਸਰੀ ਬੜੀ ਹੀ ਅਹਿਮ ਗੱਲ ਜੋ ਉਸਨੇ ਰਿਕਾਰਡ ਬਣਾਇਆ ਹੈ ਇਸ ਵੀ ਰੇਟਿੰਗ ਸਭ ਤੋਂ ਜ਼ਿਆਦਾ ਮਿਲੀ ਹੈ 9 ਤੋਂ ਵੀ ਜ਼ਿਆਦਾ ਸਾਨੂੰ ਨਹੀਂ ਲੱਗਦਾ ਦੋਸਤੋ ਕੋਈ ਪੰਜਾਬੀ ਇੰਡਸਟਰੀ ਦੀ ਫਿਲਮ ਹੋਵੇਗੀ ਜਿਸ ਨੂੰ ਕਿ ਇੰਨੀ ਜ਼ਿਆਦਾ ਰੇਟਿੰਗ ਦਿੱਤੀ ਗਈ ਹੋਵੇ ਇਹ ਦੋਸਤੋ ਰਿਕਾਰਡ ਕੈਮ ਕੀਤਾ ਹੈ ਬਾਕੀ ਭਰਾ ਦੀ ਮਿਹਨਤ ਵੀ ਹੈ ਆਪਣੇ ਲਈ ਜਾਂ ਤੁਹਾਡੇ ਲਈ ਦੋਸਤੋ ਉਹ 2 ਢਾਈ ਘੰਟੇ ਦੀ ਫਿਲਮ ਹੈ ਪਰ ਭਰਾ ਨੇ ਪੂਰੇ 3 ਸਾਲ ਲਗਾਏ ਹਨ ਇਸ 2 ਢਾਈ ਘੰਟਿਆਂ ਦੀ ਫਿਲਮ ਲਈ ਮੌਲ ਵੀ ਦੋਸਤੋ ਭਰਾ ਨੂੰ ਪੂਰਾ ਮਿਲਿਆ ਹੈ ਜੋ ਉਸ ਦੇ ਫੈਨ ਸਨ ਕਈਆਂ ਨੂੰ ਤਾਂ ਦੂਰ ਡਰਾਡੇ ਜਾ ਕੇ ਸਿਨੇਮਾ ਘਰਾਂ ਵਿੱਚ ਇਹ ਫਿਲਮ ਦੇਖਣੀ ਪਈ ਕਿਉਂਕਿ ਦੋਸਤੋ ਸਾਰੇ ਸਿਨੇਮਾ ਘਰਾਂ ਵਿੱਚ ਅਵੇਲੇਬਲ ਨਹੀਂ ਸੀ ਪਰ ਫਿਲਹਾਲ ਹੁਣ ਜਿੰਨਾ ਸਿਨੇ ਉਹ ਵੀ ਦੋਸਤੋ ਉੱਥੇ ਪਹੁੰਚ ਰਹੇ ਹਨ ਤੇ ਦੋਸਤੋ ਤੁਸੀਂ ਇਸ ਗੱਲ ਨੂੰ ਕਿਦਾਂ ਦੇਖਦੇ ਹੋ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਦੋਸਤੋ ਇੱਕ ਸਕਰੀਨਸ਼ਾਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਇਹ ਦੋਸਤੋ ਤੁਹਾਡੀ ਜਿਹੀ ਫਿਲਮੀ ਦੁਨੀਆ ਹੈ ਤੁਹਾਨੂੰ ਦੱਸ ਦਈਏ ਯਾਰ ਅਣਮੁੱਲੇ ਪਹਿਲਾ 파ੜ ਤਾਂ ਦੋਸਤੋ ਤੁਸੀਂ ਜਰੂਰ ਹੀ ਦੇਖਿਆ ਹੋਵੇਗਾ ਬਹੁਤ ਜ਼ਿਆਦਾ ਸੁਪਰ ਡੂਪਰ ਹਿੱਟ ਰਿਹਾ ਸੀ ਤੇ ਦੋਸਤੋ ਹੁਣ ਯਾਰ ਅਣਮੁੱਲੇ ਰਿਟਰਨ ਆ ਰਹੀ ਹੈ ਅਗਲੇ ਮਹੀਨੇ ਦੀ 10 ਤਰੀਕ ਨੂੰ ਕੁਝ ਕੁ ਕੈਰੈਕਟਰ ਦੋਸਤੋ ਚੇਂਜਸ ਕਰ ਦਿੱਤੇ ਹਨ ਤੇ ਹਾਂ ਇਸ ਵਾਰੀ ਪ੍ਰਭਗਿਲ ਉਸ ਫਿਲਮ ਵਿੱਚ ਨਜ਼ਰ ਆਪਣੇ ਫੇਸਬੁੱਕ ਅਕਾਊਂਟ ਤੇ ਸ਼ੇਅਰ ਕੀਤੀ ਤਾਂ ਕਿ ਸ਼ਖਸ਼ ਨੇ ਇਹ ਕਿਹਾ ਕਿ ਫਲॉप ਹੋ ਜਾਣੀ। ਪ੍ਰਭਗਲ ਨੇ ਦੋਸਤੋ ਸ਼ਖਸ਼ ਨੂੰ ਜਵਾਬ ਦਿੰਦੇ ਹੋਏ ਕਿਹਾ ਚਲੋ ਕੋਈ ਨਾ ਵੀਰ ਇਹ ਵੀ ਕਿਸਮਤ ਹੋਊਗੀ। ਸ਼ੁਕਰੀਆ। ਸੋ ਦੋਸਤੋ ਜੱਸ ਕਰਕੇ ਬਹੁਤ ਸਾਰੇ ਜੋ ਕਹਲੋ ਇੰਸਟਾਗ੍ਰam ਪੇਜ ਨੇ ਚਰਚਾ ਵੀ ਕਰਨ ਲੱਗੇ ਤੇ ਜੋ ਸ਼ਖਸ਼ ਨੇ ਲਿਖਿਆ ਪਹਿਲਾਂ ਤਾਂ ਉਸ ਨੂੰ ਸਪੈਲਿੰਗ ਕਰਕੇ ਬਰਾਬਲਾ ਬੁਲਿਆ ਤੇ ਜੋ ਅਲੱਗ ਤੋਂ ਲਾਭਾ ਕੀਤੀ ਆਈਡੀ ਵੀ ਦੋਸਤੋ ਸ਼ਾਇਦ ਹੁਣ ਉੱਡ ਗਈ ਹੈ। ਇੰਨਾ ਮਤਲਬ ਇਸ ਦੀ ਚਰਚਾ ਸੋਸ਼ਲ ਮੀਡੀਆ ਤੇ ਵਧ ਗਈ। ਤੇ ਦੋਸਤੋ ਤੁਸੀਂ ਵੀ ਇਸ ਪੋਸਟ ਬਾਰੇ ਇਸ ਕਮੈਂਟ ਬਾਰੇ ਪ੍ਰਭਗਲ ਦੇ ਨੀਵੇਂ ਵਿਚਾਰਾਂ ਬਾਰੇ ਆਪਣੇ ਵਿਚ ਤੇ ਦੋਸਤੋ ਇੱਥੇ ਹੁਣ ਅਸੀਂ ਰੇਸ਼ਮ ਅਮੂਲ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਜੈਸ ਨੇ ਕਿ ਬਾਲੀਵੁੱਡ ਦੇ ਸਟਾਰ ਅਨੁਪਮ ਖੇਰ ਨੂੰ ਜਵਾਬ ਦਿੰਦਾ ਹੈ ਸਟੋਰੀ ਦੋਸਤੋ ਉਸ ਦੀ ਕੁਝ ਇਦਾਂ ਸੀ 35 ਰੁਪਏਵੇਂ ਪੈਟਰੋਲ ਮੰਗਨੇ ਵਾਲਾ ਅਨੁਪਮ ਖੇਰ 107 ਰੁਪਏ ਲੀਟਰ ਪਰ ਵੀ ਚੁੱਪ ਹੈ ਇਸੇ ਹੀ ਅੰਧਵਕਤੀ ਕਹਿੰਦੇ ਹਨ ਤੇ ਦੋਸਤੋ ਉਸ ਨੇ ਸਪੈਸ਼ਲ ਟੈਗ ਵੀ ਕਰ ਦਿੱਤਾ ਅਨੁਪਮ ਖੇਰ ਨੂੰ ਵੈਸੇ ਦੋਸਤੋ ਅਦਾਕਾਰੀ ਦਾ ਇਸ ਦੀ ਕਾਫੀ ਵਧੀਆ ਸੀ ਲੋਕ ਇਸ ਨੂੰ ਪਸੰਦ ਕਰਦੇ ਸਨ ਕਈ ਫਿਲਮਾਂ ਵਿੱਚ ਕੰਮ ਵੀ ਕੀਤਾ ਹੈ ਪੰਜਾਬੀ ਆਧਾਰਤ ਤੇ ਵੀ ਪਰ ਜੋ ਇਹ ਪੋਲਿਟਿਕਲ ਪਾਰਟੀ ਵਿੱਚ ਚਲਾ ਗਿਆ ਇਸ ਕਰਕੇ ਇਸ ਦਾ ਰੁਤਬਾ ਇਸ ਸਾਰੀ ਗੱਲ ਸਮਝ ਹੀ ਸਕਦੇ ਹਾਂ ਸਨੀ ਦੇ ਵੱਲੋਂ ਹੀ ਲੈ ਲੋ ਉਹਨੇ ਕਿਹੜਾ ਜ਼ਿਆਦਾ ਰੰਗ ਲਾ ਦਿੱਤੇ ਪੰਜਾਬ ਦੇ ਹੋ ਕੇ ਤੇ ਇਥੇ ਮੁੱਦੇ ਦੀ ਗੱਲ ਇਹ ਸੀ ਕਿ ਰੀਸ਼ਣ ਮੂਲ ਉਹਨਾਂ ਸ਼ਖਸ਼ਿਆਂ ਨੂੰ ਜਵਾਬ ਦਿੰਦਾ ਹੀ ਰਹਿੰਦਾ ਹੈ ਚਾਹੇ ਉਹ ਅਕਸ਼ੇ ਕੁਮਾਰ ਹੋਵੇ ਅਜੇ ਦੇਵਗਨ ਹੋਵੇ ਹੁਣ ਹਨੂਪਮ ਖੇਰ ਹੋਵੇ ਜਦੋਂ ਵੀ ਮਤਲਬ ਇਹਨਾਂ ਦੇ ਬਿਆਨਾਂ ਨਾਲ ਜੁੜ ਦੀ ਤੋੜ ਦੀ ਗੱਲ ਹੁੰਦੀ ਹੈ ਉਹ ਉਸ ਨੂੰ ਅਟੈਕ ਕਰਦੇ ਹੋਏ ਉਹਨਾਂ ਨੂੰ ਯਾਦ ਦਿਵਾਇਆ ਹੀ ਜਾਂਦਾ ਹੈ ਕਿ ਤੁਹਾਡੀ ਇਨਸਾਨੀਅਤ ਮਰ ਚੁੱਕੀ ਹੈ ਤੁਹਾਡਾ ਜ਼ਮੀਰ ਮਰ ਚੁੱਕਾ ਹੈ ਸੋ ਦੋਸਤੋ ਤੁਸੀਂ ਵੀ ਇਸ ਗੱਲ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਦੋਸਤੋ ਆਪਾਂ ਮੌੜ ਪੰਜਾਬ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਹੈ ਫੈਨ ਹੁਣ ਇਹ ਕਹਿ ਰਹੇ ਹਨ ਕਿ 25 ਤਰੀਕ ਦੇ ਲਗਭਗ ਇਹ ਐਲਬਮ ਆਵੇਗੀ ਕਿਉਂਕਿ ਦੋਸਤੋ ਪਰਸੋਂ ਨੂੰ ਆ ਰਹੀ ਹੀ ਹੈ ਗਿੱਪੀ ਘਰੇਵਾਲ ਦੀ ਐਲਬਮ ਉਸ ਤੋਂ ਬਾਅਦ 21/22 ਤਰੀਕ ਨੂੰ ਦਲੀਤ ਦਸਾਂਜ ਦਾ ਪ੍ਰੋਜੈਕਟ ਹੈ 30 ਤਰੀਕ ਨੂੰ ਅਮਰਿੰਦਰ ਗੱਲ ਦਾ ਪ੍ਰੋਜੈਕਟ ਹੈ 23 ਤਰੀਕ ਨੂੰ ਜਸ ਮਾਨ ਦੇ ਦੀ ਸ਼ਾਇਦ ਦੋਸਤੋ ਪੂਰੀ ਦੀ ਪੂਰੀ ਐਲਬਮ ਆ ਰਹੀ ਹੈ ਸੋ ਦੋਸਤੋ ਜੋ ਵੇਚ ਵਿਚਾਰੇ ਡੇਟਾ ਬਚੀਆਂ ਨੇ ਉਹ ਹੈ 25 ਇਹ ਫੈਨਾਂ ਨੇ ਦੋਸਤੋ ਇੱਜਾ ਲਗਾਇਆ ਹੈ ਕਰਨ ਔਜਲਾ ਦੇ ਕੁਝ ਫੈਨ ਪੇਜਾਂ ਨੇ ਹੀ ਇਹ ਦਾਵਾ ਕੀਤਾ ਹੈ ਪਰ ਜਦੋਂ ਤੱਕ ਦੋਸਤੋ ਉਹ ਖ ਇਸ ਵਾਰੀ ਜਾਣਕਾਰੀ ਨਹੀਂ ਦੇ ਦਿੰਦੀ ਉਦੋਂ ਤੱਕ ਕੁਝ ਵੀ ਕਹਿਣਾ ਮੁਸ਼ਕਲ ਹੈ ਤੇ ਦੋਸਤੋ ਤੁਸੀਂ ਇਸ ਗੱਲ ਨੂੰ ਕਿੱਦਾਂ ਦੇਖਦੇ ਹੋ ਐਲਬਮ ਭਰਾ ਦੀ ਕਾਫੀ ਜ਼ਿਆਦਾ ਡਿਲੇ ਹੋ ਗਈ ਹੈ ਫੈਨ ਇੰਨੀ ਜ਼ਿਆਦਾ ਵੇਟ ਕਰ ਰਹੇ ਹਨ ਕਿ ਬਸ ਪੁੱਛੋ ਹੀ ਨਾ ਹਰੇਕ ਪੋਸਟ ਉਹਨਾਂ ਦੇ ਫੈਨ ਬੀਤੇ ਦੀ ਹੁਣ ਏਸੇ ਆਧਾਰ 'ਤੇ ਹੀ ਹੁੰਦੀ ਹੈ ਕਿ ਸਾਨੂੰ ਰਿਲੀਜ਼ਿੰਗ ਡੇਟ ਦੱਸੀ ਜਾਵੇ ਐਲਬਮ ਦੀ ਇਹਨਾਂ ਵੇਸੇ ਦੋਸਤੋ ਖਾਸਾ ਗਏ ਪਹਿਣਾ ਨਹੀਂ ਸੀ ਚਾਹੀਦਾ ਪਹਿਲੇ ਗਾਣੇ ਤੋਂ ਲੈ ਕੇ ਲਗਭਗ ਅੱਜ ਤੋਂ 1.5 ਮਹੀਨਾ ਪਹਿਲਾਂ ਪਹਿਲਾ ਗਾਣਾ ਆ ਗਿਆ ਸੀ ਨਹੀਂ ਤੇ ਜ਼ਿਆਦਾਤਰ ਸਿੰਗਰ ਇੰਨਾ ਟਾਈਮ ਨਹੀਂ ਲਗਾਉਂਦੇ ਸੋ ਦੋਸਤੋ ਤੁਸੀਂ ਇਸ ਗੱਲ ਨੂੰ ਕਿੱਦਾਂ ਦੇਖਦੇ ਹੋ ਆਪਰੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਬਾਲੀਵੁੱਡ ਦੇ ਰੈਪਰ ਬਾਦਸ਼ਾ ਦਾ ਕੱਲ ਦੋਸਤੋ ਇਹ ਸਿੱਧੂ ਮੂਸੇਵਾਲੇ ਦਾ 295 ਗਾਣਾ ਸੁਣਦਾ ਦਿਖਾਈ ਦਿੱਤਾ ਉਸਦੇ ਤਾਂ ਦੋਸਤੋ ਕਹਿਣ ਹੀ ਕੀ ਨੇ ਦੋ ਦੋਸਤੋ ਬਾਦਸ਼ਾ ਬਾਰੇ ਗੱਲਾਂ ਨਹੀਂ ਪਹਿਲੀ ਗੱਲ ਇਹ ਸੀ ਤੇ ਆਪਾਂ ਜ਼ਿਕਰ ਕਰ ਰਹੇ ਸੀ 295 ਗਾਣੇ ਦਾ ਇੱਕ ਮਹੀਨਾ ਦੋਸਤੋ ਹੋ ਚੁੱਕਾ ਹੈ ਤੇ ਹਲੇ ਵੀ ਉਹ ਗਾਣਾ ਟ੍ਰੈਂਡਿੰਗ ਲਿਸਟ ਦੇ ਵਿੱਚ ਬਰਾਜ਼ਮਾਨ ਹੈ ਬਾਲੀਵੁੱਡ ਦੇ ਬਹੁਤ ਸਾਰੇ ਸਟਾਰ ਉਸ ਨੂੰ ਸਪੋਰਟ ਕਰ ਚੁੱਕੇ ਹਨ ਜੇਕਰ ਆਪਾਂ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰੀਏ ਤਾਂ ਹਰੇਕ ਸ ਪਰ ਸਪੋਰਟ ਕੋਈ ਨਹੀਂ ਕਰਦਾ ਚੰਗੇ ਕੈਨੇਡੀ ਦੀ ਤਾਂ ਦੋਸਤੋ ਸਾਨੂੰ ਵੀ ਲੱਗਦਾ ਹੈ ਸਪੋਰਟ ਕਰਨੀ ਚਾਹੀਦੀ ਹੈ ਤੇ ਰਹੀ ਗੱਲ ਪਰਫਾਰਮੈਂਸ ਦੀ 100/100 ਸ਼ਾਇਦ ਸਿੱਧੂ ਦਾ ਪਹਿਲਾ ਹੀ ਗਾਣਾ ਹੋਵੇਗਾ ਜਿਹੜਾ ਕਿ 1 ਮਹੀਨੇ ਤੋਂ ਲਗਾਤਾਰ ਟ੍ਰੇਨਿੰਗ ਲਿਸਟ ਵਿੱਚ ਬਰਾਜ਼ਮਾਨ ਹੈ ਤੇ ਦੋਸਤੋ ਹਲੇ ਤਾਂ ਰੈਂਕਿੰਗ ਵੀ ਕਾਫੀ ਉੱਪਰ ਹੈ 1-2 ਹਫ਼ਤੇ ਹੋ ਰਹਿ ਸਕਦਾ ਹੈ ਪ੍ਰਬਾਸ਼ਾ ਨੇ ਇਸ ਦੀ ਸਪੋਰਟ ਕੀਤੀ ਦੋਸਤੋ ਉਹ ਗੱਲ ਅਲੱਗ ਹੀ ਸੀ ਤੇ ਦੂਸਰੀ ਬੜੀ ਹੀ ਅਹਿਮ ਅਪਡੇਟ ਬਾਸ਼ਾ ਬਾਰੇ ਜੋ ਦੋਸਤੋ ਉਸ ਨੇ ਬਚਪਨ ਕਾ ਪਿਆਰ ਵਾਰਲਡ ਹੋਇਆ ਇੱਕ ਦਿਵਾਕ ਇਸ ਨੇ ਆਪਣੇ ਗਾਣੇ ਵਿੱਚ ਐਡਿਟ ਕਰ ਦਿੱਤਾ ਸੀ ਪ੍ਰਧਾਨ ਮੰਤਰੀ ਤੱਕ ਦੋਸਤ ਕਲਪ ਕਰਨ ਦੇ ਬਹਾਨੇ ਨਹੀਂ ਮੇਲ ਮੁੱਦਿਆਂ ਤੇ ਢੁਕਾਉਣਦੇ ਨੇ ਉਹ ਦੋਸਤੋ ਜੋ ਨਰਿੰਦਰ ਮੋਦੀ ਨੇ ਇਸ ਜਵਾਕ ਨੂੰ ਸੱਦਿਆ ਉਸ ਬਾਰੇ ਚਰਚਾ ਹੋ ਰਹੀ ਸੀ ਪਰ ਅਸੀਂ ਜ਼ਿਕਰ ਕਰਨਾ ਚਾਹਾਂਗੇ ਜੋ ਬਾਦਸ਼ਾਹ ਨੇ ਉਸ ਸਾਕਸ਼ ਦੀ ਜ਼ਿੰਦਗੀ ਬਦਲ ਦਿੱਤੀ ਹੈ ਸੋਸ਼ਲ ਮੀਡੀਆ ਦੀ ਦੋਸਤੋ ਪਾਵ ਰਹੀ ਹੈ ਲਗਭਗ 2-3 ਦਿਨਾਂ ਵਿੱਚ ਹੀ 50 ਮਿਲੀਅਨ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ ਇਹ ਵੀ ਦੋਸਤੋ ਹੈਰਾਨ ਕਰਨ ਵਾਲੀ ਗੱਲ ਸੀ ਪਰ ਚਰਚਾ ਕਾਫੀ ਜ਼ਿਆਦਾ ਸੀ ਤੇ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਦਸ਼ਾਹ ਵੱਲੋਂ ਸਿੱਧੂ ਮੂਸੇਵਾਲਾ ਦਾ 295 ਗਾਣਾ ਸੁਣਨਾ ਤੇ ਜੋ ਇਹ ਬਚਪਨ ਦਾ ਪਿਆਰ ਇਸ ਵਾਇਰਲ ਜਵਾਕ ਨੂੰ ਸੁਪਰ ਡੂਪਰ ਬਣਾਉਣੀ ਮਤਲਬ ਅਗਲੇ ਪੜਾ ਇਸ ਦੇ ਸੌਕੇ ਕਰ ਦਿੱਤੇ ਹਨ ਤੇ ਤੁਸੀਂ ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਦੋਸਤੋ ਸਿੱਧੂ ਦਾ ਦੋਸਤ ਆਰਨੈਦ ਜਿਸ ਦਾ ਕੀ ਅੱਜ ਬਰਥਡੇ ਵੀ ਹੈ ਕੋਰਾਲਾ ਮਾਨ ਸਿੱਧੂ ਮੂਸੇਵਾਲਾ ਗਲੈਬ ਸਿੱਧੂ ਉਹਨਾਂ ਨੇ ਸਪੈਸ਼ਲ ਵਿਸ਼ਵੀ ਕੀਤਾ ਹੈ ਦੇ ਦੋਸਤੋ ਬਰਥਡੇ ਤੋਂ ਇਲਾਵਾ ਇਸ ਦੀ ਐਲਬਮ ਦੇ ਗਾਣੇ ਵੀ ਚੱਲ ਰਹੇ ਹਨ ਇੱਕ ਦੋ ਗਾਣੇ ਲੇਡੀਜ਼ ਹੋ ਗਏ ਹਨ ਤੇ ਬਾਕੀ ਵੀ ਹੌਲੀ ਹੌਲੀ ਰਿਲੀਜ਼ ਕਰੇਗਾ ਪਰ ਇੱਕ ਹੋਰ ਦੋਸਤੋ ਸਿੱਧੂ ਨਾਲ ਇਸ ਦੀ ਵੀ ਗਲੈਬ ਦੱਸੀ ਜਾ ਰਹੀ ਹੈ ਪਹਿਲਾਂ ਵਾਲੀ ਵੀ ਗਲੈਬ ਸਿੱਧੂ ਤੇ ਆਰਨੈਦ ਦੀ ਸੁਪਰ ਡੂਪਰ ਹਿੱਟ ਰਿਹਾ ਸੀ ਤੇ ਅੱਗੇ ਵੀ ਜ਼ਰੂਰ ਆ ਰਹੀ ਹੈ ਉਹ ਉਣੀ ਹੈ 911 ਰੈਕર્ડ ਤੇ ਤੇ ਜਿਸ ਦਾ ਕਿ ਉਹ ਖੁਦ ਹੀ ਵਰਣਨ ਕਰਦਾ ਰਹਿੰਦਾ ਹੈ 6-7 ਗਾਣੇ ਨਹੀਂ ਜ਼ਿਆਦਾ ਨਹੀਂ ਦੋਸਤੋ ਪਰ ਹਾਂ ਸਿੱਧੂ ਮੂਸੇਵਾਲੇ ਦੇ ਲੇਬਲ ਹਿੱਟ ਹੀ ਆਉਣ ਵਾਲੇ ਨੇ ਜੋ ਕਿ ਇਸ ਐਲਬਮ ਨੂੰ ਖਾਸ ਬਣਾ ਦਿੰਦੀ ਹੈ ਤੂੰ ਉਹ ਨੂੰ ਅੱਖਾਂ ਨਾਲ ਫਰੇ ਫੋੜਦੀ ਹੋ ਤੂੰ ਤੋਂ ਹੋਵੇ ਨਾ ਮੜਾਵੇ ਦਿਆ ਤੇ ਦੋਸਤੋ ਇੱਕ ਨਿੱਕੀ ਜਹੀ ਰਿਕਵੈਸਟ ABC ਪੰਜਾਬੀ ਪੁਆਇੰਟ 라이ਵ ਰਿਸਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸ ਤੇ ਅਸੀਂ ਗੀਮੀ ਗ੍ਰੈਕਸ਼ਨ ਤੇ ਵਲੌਗ ਵਾਲੀਆਂ ਵੀਡੀਓ ਇੱਕ ਦੋ ਦਿਨਾਂ ਤੱਕ ਲੈ ਕੇ ਆ ਰਹੇ ਹਾਂ ਜੇ ਹੋ ਸਕੇ ਤਾਂ ਉਸ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ